لوکاں ਦਾ ਨਾ ਵਿਸ਼ਵਾਸ ਜਾ ਉੱਠਣ ਲੱਗ ਗਿਆ ਕਿ ਕਲਾਕਾਰਾਂ ਨੂੰ ਵੂਟ ਕਿਉਂ ਪਾਈਏ ਪਿਛੇ ਜੇ ਸਣੀਦੂਲ ਹੁਣੀ ਪੰਜਾਬ ਦਾ ਪੁੱਤ ਬਣ ਕੇ ਆਏ ਸੀ ਨਲਕਾ ਪੱਟਣ ਵਾਲੇ ਸੀਨ ਦਿਖਾਏ ਗਏ ਉਦੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੇ ਵੀ ਅਸਰ ਕੋਈ ਇਹ ਗੱਲ ਨਹੀਂ ਸਮਝ ਆਉਂਦੀ ਵੀ ਇਹ ਕਲਾਕਾਰ ਕਿਉਂ ਤੁਸੀਂ ਜੇ ਕੋਈ ਲੀਡਰ ਕੋ ਕੋ ਕਲਾਕਾਰ ਕੋਈ ਬੰਦਾ ਕੋ ਕੋ ਕਲਾਕਾਰ ਕਲਾਕਾਰ ਇਹ ਤਾਂ ਇਨਸਾਨ ਨਹੀਂ ਹੁੰਦੇ ਅਸੀਂ ਜੱਟਾਂ ਨੇ ਮੁੰਡੇ ਆ ਅਸੀਂ ਖੇਤੀ ਕਰਦੇ ਜੇ ਮੈਨੂੰ ਗਾਉਣਾ ਪਸੰਦ ਸੀ ਤਾਂ ਮੇਰਾ ਉਹ ਖੇਤਰ ਬਣ ਗਿਆ ਦਾ ਮਤਲਬ ਇਹ ਥੋੜੀ ਮੈਂ ਮਾਂ ਦੇ ਢਡੋ ਥੋੜੀ ਕਲਾਕਾਰ ਸੀ ਕੋਈ ਬੰਦਾ ਖੇਤਰ ਚੁਣਦਾ ਜਿਹਦੇ ਚ ਟੈਲੈਂਟ ਹੁੰਦਾ ਕੀ रजनीकांत ਕਲਾਕਾਰ ਨਹੀਂ ਠੀਕ ਹੈ ਨਾ ਉਹ ਇਹੋ ਜਿਹੇ ਜਿਹੜੇ ਮੁੱਖ ਮੰਤਰੀ ਤੱਕ ਚੱਲ ਗਏ ਠੀਕ ਹੈ ਉਹ ਕਲਾਕਾਰ ਨਹੀਂ ਕਈ ਐਕਟਰ ਤੁਸੀਂ ਤਾਮਿਲ ਫਿਲਮਾਂ ਦੇ ਐਕਟਰ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਤੱਕ ਦੀ ਸੇਵਾ ਨਿਭਾਈ ਹੈ ਕਿ ਉਹ ਕਲਾਕਾਰ ਨਹੀਂ ਗੱਲ ਇਹ ਹੈ ਵੀ ਅਸੀਂ ਲੋਕਾਂ ਨੂੰ ਅੰਡਦੇ ਆ सनी देओल ਨੂੰ ਤੁਸੀਂ ਮੈਨੂੰ ਕਿਵੇਂ ਲਾ ਲੋਗੇ सनी देओल ਆਏ ਸੀ 5 ਦਿਨਾਂ ਵਾਸਤੇ ਜਦੋਂ ਮੇਰੇ ਕੋਲ ਟਿਕਟ ਨਹੀਂ ਸੀ ਜਦੋਂ ਮੈਂ ਪਾਰਟੀ ਜੁਆਇਨ ਨਹੀਂ ਕੀਤੀ ਸੀ ਮੈਂ ਉਦੋਂ ਹੀ ਪਿੰਡ ਰਹਿਦਾ ਸੀ ਆਪਦਾ ਕੰਮ ਕਰਦਾ ਸੀ ਆਪਦੇ ਲੋਕਾਂ ਚ ਰਹਿੰਦਾ ਸੀ ਉਦੋਂ ਬਾਦ ਵੀ ਰੂੰ ਸਨੀ ਰੌਣ ਨਾਲ ਤਾਂ ਮੇਰੀ ਤੁਲਨਾ ਕਰ ਹੀ ਸਕਦੇ ਤੁਸੀਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਸਿੰਗਰ ਅਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ 뮤직 ਇੰਡਸਟਰੀ ਤੋਂ ਹੀ ਸਿੱਧੂ ਮੂਸੇਵਾਲਾ ਜਿਸ ਦੇ ਫੈਨ ਇਹੀ ਪੁੱਛ ਰਹੇ ਹਨ ਕਿ ਜੰਗੀਸਟਰੀ ਦਾ ਚਾਰਜ ਸਾਨੂੰ ਗਾਣੇ ਬਾਰੇ ਦੱਸਿਆ ਜਾਵੇ ਹਾਲਾਂਕਿ ਭਰਾ ਰਾਜਨੀਤੀ ਦੇ ਖੇਤ ਨਾਲ ਸੰਬੰਧਿਤ ਚਾਹੇ ਦੋਸਤੋ ਸਪੂਟ ਕਰੇ ਅਮਰਤਮਾਨ ਗਲਾਬ ਸਿੱਧੂ ਪਰਮੇਸ਼ਵਰ ਮਰਮਾ ਉਹਨਾਂ ਦੀ ਹੀ ਸਟੂਡੀਓ ਨੂੰ ਸ਼ੇਅਰ ਕਰਦਾ ਨਜ਼ਰ ਆ ਰਿਹਾ ਹੈ ਗਾਣੇ ਵੱਲ ਧਿਆਨ ਸਾਨੂੰ ਲੱਗਦਾ ਭ ਹੀ ਯੰਗੇਸਟਿੰਦਾ ਚਾਰਜ ਗਾਣਾ ਰਿਲੀਜ਼ ਹੋਣਾ ਹੈ ਸੋ ਤਿਆਰੀਆਂ ਖੇਚ ਲਓ ਗਾਣੇ ਬਾਰੇ ਵੀ ਤੇ ਦੇਕਰ ਆਪਾਂ ਰਾਜਨੀਤੀ ਦੇ ਕੁਝ ਕੁ ਪਹਿਲੂਆਂ ਦਾ ਜ਼ਿਕਰ ਕਰੀਏ ਕਲਪਰਾ ਦੀ ਇੰਟਰਵਿਊ ਵੀ ਹੋਈ ਨਿਊਜ਼ 18 ਦੇ ਇੰਟਰਵਿਊ ਹੋਈ ਹੋਰ ਵੀ ਕਈ ਚੈਨਲਾਂ ਤੇ ਤੇ ਜਿਸ ਤਰ੍ਹਾਂ ਉਸਨੇ ਭਗਵੰਤ ਮਾਨ ਸੁਖਵੀਰ ਬਾਦਲ ਤੇ ਆਪਣੇ ਹੀ ਹਲਕੇ ਦਾ ਇੱਕ ਉਮੀਦਵਾਰ ਜਸਪਿੰਦਰ ਉਸ ਨੂੰ ਜਵਾਬ ਦਿੰਦਾ ਹੋਇਆ ਦਿਖਾਈ ਦਿੱਤਾ ਹੁਣ ਇੱਥੇ ਦੋਸਤੋ ਸੀ ਇਹ ਗੱਲ ਵੀ ਕਰਨਾ ਚਾਹੁੰਦੇ ਹਾਂ ਕਿ ਭਰਾ ਨੇ ਇਸ ਕੰਟਰੋਵਰਸੀ ਦੀ ਸ਼ੁਰੂਆਤ ਨਹੀਂ ਕੀਤੀ ਜਦੋਂ ਹੀ ਰਾਜਨੀਤੀ ਦੇ ਖੇਤਰ ਵਿੱਚ ਆਇਆ ਸੁਖਵੀਰ ਬਾਦਲ ਨੇ ਬਿਆਨ ਦਿੱਤਾ ਭਗਵੰਤ ਮਾਨ ਨੇ ਆਪਣੀ ਸਟੇਜ ਤੋਂ ਇਹ ਕਿਹਾ ਮੁੱਦਾ ਬਖਿਆ ਉਹਨਾਂ ਦੇ ਜਵਾਬ ਤੋਂ ਬਾਅਦ ਹੀ ਪੁਰਾਣੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਇੰਟਰਵਿਊਜ਼ ਵਿੱਚ ਵੀ ਇਹੀ ਜ਼ਿਕਰ ਹੋਇਆ ਚਲੋ ਦੋਸਤੋ ਅਸੀਂ ਇਹਨਾਂ ਕੰਟਰੋਵਰਸੀਆਂ ਨੂੰ ਜ਼ਿਆਦਾ ਅੱਗੇ ਤਾਂ ਨਹੀਂ ਲੈ ਜਾਣਾ ਚਾਹੁੰਦੇ ਐਮਐਲਏ ਦੀ ਟਿਕਟ ਮਿਲ ਚੁੱਕੀ ਹੈ ਕੀ ਭਰਾ ਦਿੱਤੇਗਾ ਇਹੀ ਸਭ ਇਹਨਾਂ ਦੇ ਮਨਾਂ ਵਿੱਚ ਇੱਕ ਸਵਾਲ ਚੱਲ ਰਿਹਾ ਹੈ ਤੇ ਨਾ ਹੀ ਨਹੀਂ ਸਿੱਧੂ ਦੇ ਗਰੀਬੀ ਦੋਸਤ ਅਮਰਤਮਾਨ ਗਲਾਬ ਸਿੱਧੂ ਕੋਰਲਮਾਨ ਤੇ ਕੱਲ ਦਾ ਪਰਮੀਸ਼ ਬਰਮਨ ਵੀ ਸਪੈਸ਼ਲ ਤੌਰ ਤੇ ਇਸ ਬਾਬਤ ਪੋਸਟ ਤੇ ਸਟੋਰੀ ਸ਼ੇਅਰ ਕਰ ਚੁੱਕਾ ਹੈ ਟਿਕਟਮੈਂਟ ਤੇ ਭਰਾ ਨੂੰ ਬੈਸਟ ਬਿਸਿਸ ਵੀ ਦਿੱਤੀਆਂ ਨੇ ਬਾਕੀ ਦੇਖੋ ਦੋਸਤੋ ਅੱਗੇ ਕੀ ਬਣਦਾ ਇਨਸਟਾਗ੍ਰam ਕਯੂਐਨ ਨਹੀਂ ਕੀਤਾ ਸਟਾਰਟਿੰਗ ਵਾਲੀਆਂ ਸਟੋਰੀਆਂ ਦੋਸਤੋ ਤੁਸੀਂ ਕੁਝ ਨਹੀਂ ਦਿਖਾਵਾਂਗੇ ਇਦਾਂ ਹੀ ਪੁੱਛ ਰਿਆ ਸੀ ਭਰਾ ਕਿ ਤੁਹਾਡਾ ਅੱਜ ਮੂਡ ਕਿਦਾਂ ਦਾ ਹੈ ਹੈਪੀ ਹੂੰ ਤੁਸੀਂ ਸੈਡ ਹੂੰ ਤੇ ਇਸ ਤੋਂ ਬਾਅਦ ਜੋ ਦਿੱਕਤ ਜੋ ਗੱਲਾਂ ਹੋਈਆਂ ਭਾਜੀ ਇੰਡੀਆ ਕੰਸਰਟ ਕਰ ਲੋ ਮਨੀ ਰੈਡੀ ਕੀਤਾ ਹੋਇਆ ਆ ਤਾਂ ਭਰਾ ਨੇ ਕਿਹਾ ਇਟਸ ਆਲ ਅਬਾਊਟ ਡੇਟਸ ਪੈਕੜ ਭਾਜੀ ਡਰਾਈਵ ਥਰੂ ਬਾਰੇ ਕੁਝ ਦੱਸ ਦੋ ਇਹ ਈਪੀ ਹੈ ਦੋਸਤੋ ਜੋ ਭਰਾ ਨੇ ਆਪਣੇ ਜਨਮਦਿਨ ਵਾਲੇ ਦਿਨ ਆਪਣੇ ਫੈਨਾਂ ਨੂੰ ਹੀ ਸਰਪ੍ਰਾਈਜ਼ ਦਿੱਤਾ ਸੀ ਤਾਂ ਕਿਹਾ ਸੂਨ ਭਾਜੀ ਇਸ ਸਾਲ ਤੁਹਾਡੀ ਨਿਊ ਮੂਵੀ ਕਿਹੜੀ ਆਵੇਗੀ ਤਾਂ ਉਸਨੇ ਕਿਹਾ ਹਾਊ ਅਬਾਊਟ ਸਰਪ੍ਰਾਈਜ਼ ਤੇ ਅਗਲੀ ਸਟ ਯਾਰ ਬਹੁਤ ਟਾਈਮ ਸੇ ਰੁਕਾ ਹੈ ਪਲੀਜ਼ ਮੇਕ ਸ਼ੋਰ ਆਫਟਰ ਪੈਂਡਿਕ ਤਾਂ ਦੋਸਤੋਂ ਭਰਾ ਨੇ ਕਿਹਾ ਪੱਕਾ ਮਮਵੀਤ ਵੀ ਸ਼ੋ ਹੋ ਹੀ ਜਾਵੇਗਾ ਸ਼ਾਇਦ ਬਾਲੀਵੁੱਡ ਦੇ ਸਟਾਰ ਵੀ ਉੱਥੇ ਪਹੁੰਚ ਜਾਣ ਤੇ ਅਗਲੀ ਸਟੋਰੀ ਸੀ ਪਲੀਜ਼ ਸ਼ੋ ਸਮ ਰਸਤੇ ਟੂ ਅਸ ਆਲਸੋ ਫॉर ਬੀਇੰਗ ਇਨ ਮੂਡ ਆਫ ਰਾਈਜ਼ਿੰਗ ਸਟਾਰ ਰਸਤੇ ਇਜ਼ ਇਨਸਾਈਡ ਯੂਨੀਵਰਸ ਇਜ਼ ਇਨਸਾਈਡ ਯਰਨੀ ਇਜ਼ ਇਨਸਾਈਡ ਇਟਸ ਆਲ ਇਨਸਾਈਡ ਯਾਰ ਵਾਲੀਆਂ ਗੱਲਾਂ ਹੀ ਦੋਸਤੋਂ ਫਿਰ ਕਹਿ ਸਕਦੇ ਹਾਂ ਤੇ ਅਗਲੀ ਸਟੋਰੀ ਸੀ ਦਿਲਜੀਤ ਜੀ ਬੰਗਲੌਰ ਕਨਸਰਟ ਕਰੋ ਪਲੀਜ਼ ਫਿਰ ਮੂਡ ਨੰਬਰ 1 ਹੋ ਜਾਵੇਗਾ ਤੁਸੀਂ ਨੇ ਕਿਹਾ 100% ਬੰਗਲੌਰ ਵਿੱਚ ਸ਼ੋ ਕਰੇਗਾ ਹੀ ਕਰ अगला क्वेश्चन सी व्हाई आर यू नॉट डूइंग एनी इंटरव्यू डू एंड कम टू इंडिया बैक तपरा ने किहा सॉरी मैं इंटरव्यूज नु लाइक नहीं करदा ते अगली स्टोरी सी सर जी ਤੁਸੀਂ ਕਦੇ ਵੀ ਜੰਮੂ ਕਸ਼ਮੀਰ ਨਹੀਂ ਆਏ ਇੱਕ ਵਾਰ ਆਜੋ ਦਰਸ਼ਨ ਦੇ ਦਿਓ ਵਿਵਾਟ ਅ ਗ੍ਰੇਟ ਸ਼ੋ ਇਨ ਜੰਮੂ ਐਂਡ ਕਸ਼ਮੀਰ ਤਾ ਦੋਸਤੋ ਉਸਨੇ ਕਿਹਾ ਨਿੱਕੇ ਹੁੰਦੇ ਹੋ ਜੰਮੂ ਆਇਆ ਸੀ ਮੇਰੇ ਮਾਸਟਰ ਜੀ ਫੌਜ ਨੇ ਉਹਨਾਂ ਦੀ ਪੋਸਟਿੰਗ ਸੀ ਐਂਡ ਆ ਲਵ ਮਾਊਂਟਨਸ ਐਸ ਸਾਲ ਮੈਂ ਸ਼ਾਇਦ ਮਾਊਂਟ ਕਾਇਲਾਸ਼ ਜਾਮਾ ਬਾਬਾ ਸੋਖ ਰੱਖੇ ਇਦਾਂ ਦੀਆਂ ਸੀ ਦੋਸਤੋ ਬਰਾਦੀਆਂ ਕੋਲ ਸਟੋਰੀਆਂ ਸਨ ਤੇ ਅਗਲੀ ਸਟੋਰੀ ਸੀ ਕੋਈ ਸ਼ਖਸ ਇਹ ਪੁੱਛ ਰਿਹਾ ਸੀ ਕਿ ਤੁਸੀਂ ਸਾਨੂੰ ਥੋੜੇ ਜਿਹੇ ਯੋਗੇ ਦੀਆਂ ਕਲਾਸਾਂ ਦੇ ਸਕਦੇ ਹੂੰ ਮੈਨੂੰ ਕਰਨਾ ਤਾਂ ਨਹੀਂ ਆਉਂਦਾ ਪਰ ਤੁਹਾਨੂੰ ਦੇਖ ਕੇ ਸਕੂਨ ਮਿਲਦਾ ਹੈ ਤਾਂ ਦੋਸਤੋ ਉਸਨੇ ਕਿਹਾ ਮੈਂ ਕਦੇ ਵੀ ਯੋਗਾ ਨਹੀਂ ਸੀ ਕੀਤਾ ਲਾਈਫ ਚ ਨਾ ਮੈਨੂੰ ਹੁਣ ਆਉਂਦਾ ਉਹ ਆ ਗਿਆ ਤੇ ਸਭ ਨਾਲ ਹੀ ਲੈ ਆਇਆ ਆਈ ਏਮ ਨਾਟ ਡੂਇੰਗ ਇਟ ਇਹ ਵੀ ਦੋਸਤੋ ਗਿਆਨ ਵਾਲੀ ਹੀ ਗੱਲ ਹੋ ਗਈ ਅਗਲੀ ਸਟੋਰੀ ਸੀ ਕਿ ਹੈਵ ਯੂ ਰੀਡ 48 ਲਾਅ ਆਫ ਪਾਵਰਸ ਜਾਂ ਕੋਈ ਵੀ ਬੁੱਕ ਰੀਡ ਕਰਦੇ ਹੋ ਨਾ ਵੀਰ ਕੋਈ ਬੁੱਕ ਨਹੀਂ ਹਰ ਸਵਾਲ ਹਰ ਜਵਾਬ ਅੰਦਰ ਹੀ ਪਿਆ ਸਵਾਲ ਵੈਸੇ ਵੀ ਮੁੱਕ ਗਏ ਸਾਰੇ ਕੋਈ ਸਵਾਲ ਨਹੀਂ ਬਚਿਆ ਇਹ ਤਾਂ ਦੋਸਤੋ ਕੁਝ ਜ਼ਿਆਦਾ ਹੀ ਭਰਾ ਚਲੋ ਕੋਈ ਗੱਲ ਨਹੀਂ ਅਗਲੀ ਸਟੋਰੀ ਦੇਖੋ ਕਿ ਤੁਸੀਂ ਬੁੱਲੇ ਸ਼ਾਹ ਹਜ਼ਰਤ ਸੁਲਤਾਨ ਬਾਹੂ ਅਮਲ ਜੀ ਲਿਆ ਰਹੇ ਹੂੰ ਸਕੂਲ ਟਾਈਮ ਪੜਿਆ ਸੀ ਬਾਬਿਆਂ ਨੂੰ ਸਮਝ ਹੁਣ ਆ ਰਿਹਾ ਕਿ ਅਸਲ ਜੀ ਕੀ ਕਹਿ ਰਹੇ ਸੀ ਬਾਬੇ ਸਿੱਧਾ ਹੀ ਕਹਿ ਗਏ ਸਾਰੀਆਂ ਗੱਲਾਂ ਅਗਲੀ ਸਟੋਰੀ ਸੀ ਕਿ ਬ੍ਰਦਰ ਕਾਈਂਡਲੀ ਗਾਈਡ ਔਨ ਹਾਊ ਟੂ ਸਟਾਰਟ ਮੈਡੀਟੇਸ਼ਨ ਹਾਊ ਟੂ ਫੋਕਸ ਵਿਦ ਵਰਲਡੀ ਡਿਸਟਰੈਕਸ਼ਨ ਤਬਰਾਨੀ ਜਵਾਬ ਦਿੰਦੇ ਹੋਏ ਕਿਹਾ ਵੀਰੇ ਮੈਂ ਤਾਂ ਦੱਸ ਸਕਦਾ ਸੀ ਜੇ ਮੈਨੂੰ ਪਤਾ ਹੁੰਦਾ ਮੇਰੇ ਨਾਲ ਤਾਂ ਤੱਕੇ ਨਾਲ ਹੀ ਕੰਮ ਹੋਇਆ ਡਿਜ਼ਰਵਿੰਗ ਕੈਂਡੀਡੇਟ ਨਹੀਂ ਮੈਂ ਇਹਨਾਂ ਕਹਿ ਸਕਦੇ ਆ ਜੇ ਤੁਸੀਂ ਇਹ ਸੋਚ ਰਹੇ ਹੋ ਤਾਂ ਤੁਸੀਂ ਆਲ ਰੈਡੀ ਲਾਈਨ ਤੇ ਹੋ ਅਗਲਾ ਦੋਸਤੋ ਅਹਿਮ ਕੁਐਸਚਨ ਸੀ ਕਿ ਤੁਸੀਂ ਵਰਲਡ ਟੂਰ ਦੀਆਂ ਡੇਟ ਕਦੋਂ ਅਨਾਉਂ ਮੰਤਾ ਤੇ ਇੱਕ ਹੋਰ ਕੁਐਸਚਨ ਸੀ ਕਿ ਤੁਹਾਨੂੰ ਲੱਗਦਾ ਹੈ ਸ਼ੋਅ ਆਫ ਬਿਜ਼ਨਸ ਤੁਹਾਡੀ ਇਨਰ ਪੀਸ ਨੂੰ ਡਿਸਟਰੋਏ ਕਰ ਰਿਹਾ ਹੈ ਤਾਂ ਉਸਨੇ ਕਿਹਾ ਨਾਟ ਐਟ 올 ਸ਼ੁਕਰ ਸਾਉਂਡ ਨੇ ਮੈਨੂੰ ਚੂਜ਼ ਕੀਤਾ ਤੇ ਅਗਲਾ ਕੁਐਸਚਨ ਸੀ ਵੀਰੇ ਕੋਈ ਮੂਵੀ ਕਰੋ ਜਿੱਦੇ ਤੁਸੀਂ ਇੱਕਦਮ ਸਿੰਪਲ ਜਿਹੇ ਫਕੀਰ ਬਣੇ ਹੋਵੋ ਜਿਵੇਂ ਕਿ ਰੱਬ ਦਾ ਬੰਦਾ ਹੁੰਦਾ ਆ ਮੂਵੀ ਚੱਲ ਰਹੀ ਆ ਡਰਾਮਾ 24 ਘੰਟੇ ਬਿਰੋ ਇਥੇ ਦੁਨੀਆਦਾਰੀ ਦੀ ਭਰਾ ਗੱਲ ਕਰ ਗਿਆ ਤੇ ਅਗਲੀ ਸਟੂਡੀ ਸੀ ਇਜ਼ ਇਟ ਇੰਪੋਰਟੈਂਟ ਟੂ ਹੈਵ ਅ ਗੁਰੂ ਔਨ ਯੂਰ ਸਪਿਰਚੁਅਲ ਪਾਥ ਤਾਂ ਭਰਾ ਨੇ ਜਵਾਬ ਦਿੰਦੇ ਹੋਏ ਕਿਹਾ ਸੱਚ ਸੋਸਾਇਟੀ 'ਚ ਨਹੀਂ ਬੋਲ ਸਕਦੇ ਜੇ ਬੋਲਣਾ ਤਾਂ ਸ ਕਲੇਸਦਾ ਹੀ ਮੈਂ ਕੀ ਨਮਾ ਕਹਿ ਲੈਣਾ ਚੁੱਪ ਹੀ ਠੀਕ ਆ ਤੁਹਾਡੇ ਲਈ ਬੈਸਟ ਆਫ ਲੱਕ ਬਾਬਾ ਕਿਰਪਾ ਕਰੇ ਫਿਰਦੋਸ ਟੂ ਸਟਰੀਲੀ ਦੇ ਟੂਰ ਦਾ ਜ਼ਿਕਰ ਹੋਇਆ ਤੇ ਦੋਸਤੋ ਇਹੀ ਭਰਾ ਦੀਆਂ ਕੁਝ ਕੁ ਸਟੂਰੀਆਂ ਸਨ ਅਗਲੇ ਮਹੀਨੇ ਵਰਲਡ ਟੂਰ ਸਟਾਰਟ ਹੋਣ ਵਾਲਾ ਹੈ ਤੇ ਅਗਲੇ ਮਹੀਨੇ ਹੀ ਡੇਢ ਦਸਣ ਵਾਲਾ ਹੈ ਸਾਨੂੰ ਲੱਗਦਾ ਈਪੀ ਐਲਬਮ ਦੀ ਤੇ ਦੋਸਤੋ ਇੱਥੇ ਹੁਣ ਅਸੀਂ ਐਮੀ ਵਰਕ ਦਾ ਬੜਾ ਹੀ ਅਹਿਮ ਜ਼ਿਕਰ ਕਰਨ ਵਾਲੇ ਹਾਂ ਉਸਦਾ ਗਾਣਾ ਆਇਆ ਤਾਨੀਆਂ ਨਾਲ ਤੇਰੀ ਜੱਟੀ ਤੇ ਕਿਸੇ ਸਖਸ਼ ਨੇ ਫੇਕ YouTube ਸਟ੍ਰਾਈਕ ਮਾਰ ਕੇ ਉਸ ਗਾਣੇ ਨੂੰ ਉਡਾ ਦਿੱਤਾ ਜਿਸ ਤੋਂ ਬਾਅਦ ਐਮੀ ਵਰਕ ਵੀ ਬੋਲਿਆ ਹਾਲਾਂਕਿ ਉਸਨੇ ਟਵਿੱਟਰ ਤੇ ਟਵੀਟ ਕਰਦੇ ਹੋ ਧੰਨ ਵਧਾਈਆਂ ਆਪਣਾ ਗਾਣਾ ਕਿਸੇ ਨੇ ਸਟ੍ਰਾਈਕ ਮਾਰ ਕੇ ਡਾਤਾ ਕੰਗ੍ਰੈਚੁਲੇਸ਼ਨਸ ਟੂ ਥੈਮ ਕੰਗ੍ਰੈਚੁਲੇਸ਼ਨਸ ਟੂ ਥੈਮ ਸਾਡਾ ਗਾਣਾ ਡਾਤਾ ਸਾਡਾ ਗਾਣਾ ਡਾਤਾ ਕੋਈ ਗੱਲ ਨਹੀਂ ਪਛਤਾਏਗਾ ਪਛਤਾਏਗਾ ਸਾਰੇ ਪਿੰਡ ਦਿਆਂ ਨੂੰ ਆ ਵਿੱਚੋਂ ਸੋਹਣਿਆ ਤੇਰੀ ਜੱਟੀ ਤੇਰੀ ਜੱਟੀ ਮਾਰੇ ਲੈ ਸ਼ਿਕਾਰੇ ਸਟ੍ਰਾਈਕ ਵਾਜ ਗਈ ਗਾਇਜ਼ ਗਾਣੇ ਨੂੰ ਹਾਰ ਕੋ ਚੱਕਰਾਂ ਦੀ ਗੱਲ ਨਹੀਂ ਤੁਸੀਂ ਆਡੀਓ ਸੁਣੋ ਤੇ YouTube ਤੇ ਮੈਂ ਵੀ ਸ਼ਾਇਦ ਅੱਜ ਫਿਰ ਦੇ ਵਿੱਚ ਵਿੱਚ ਆ ਜਾਊਗਾ

ਟ੍ਰਾਈ ਕਰ ਰਹੇ ਆ ਅੱਜ ਵੀ ਮੇਬੀ ਸ਼ਾਇਦ ਇੱਕ ਦੋ ਦਿਨ ਚ ਜਾਂ ਜਦੋਂ ਵੀ ਆ ਗਿਆ ਤੇ ਰਿਪੋਰਟ ਕਰਾਇਆ ਨੇ ਤੁਸੀਂ ਆਡੀਓ ਸੁਣੋ ਜਿਸ ਤੋਂ ਬਾਅਦ ਉਹ ਗਾਣਾ ਰਵੀਰ ਵੀ ਹੋ ਗਿਆ ਪਰ ਹਾਂ ਇਹ ਫੀਕ ਸਟ੍ਰਾਈਕ ਵਾਲਾ ਵਸਾਸਲਾ ਕਾਫੀ ਚੱਲਦਾ ਆ ਰਿਹਾ ਹੈ ਪਹਿਲਾਂ ਏਬੀ ਢੱਲੂ ਦੇ ਗਾਣੇ ਤੇ ਵੀ ਦੋਸਤੋ ਇਦਾਂ ਹੋਇਆ ਇਸ ਤੋਂ ਇਲਾਵਾ ਟਵਿੱਟਰ ਤੇ ਐਮ ਯੂਰਕ ਦੇ ਫੈਨਾਂ ਨੇ ਇਹ ਟ੍ਰੈਂਡ ਵੀ ਕਰਵਾਇਆ ਕਿ ਫੀਕ ਯੂਟਿਊਬ ਸਟ੍ਰਾਈਕ ਹੈ ਸ਼ਾਇਦ ਸਾਨੂੰ ਵੀ ਲੱਗਦਾ ਹੈ ਉਹ ਸਖਸ਼ ਦੇ ਐਕਸ਼ਨ ਲੈਣਾ ਹੀ ਚਾਹੀਦਾ ਹੈ ਜੋ ਇਦਾਂ ਦੀਆਂ ਹਰਕਤਾਂ ਕਰਦਾ ਹੈ ਬਾਕੀ ਤੁਸੀਂ ਹੀ ਦੋਸਤੋ ਦੱਸਿਓ ਐਮ ਯੂਰਕ ਦੇ ਤੇਰੀ ਜੱਟੀ ਗਾਣੇ ਬਾਰੇ ਤੁਹਾਨੂੰ ਕਿਦਾਂ ਦਾ ਲੱਗਾ ਟਰੈਂਡ ਕੀਤੇ ਹਨ ਪਹਿਲੇ 10 ਗਾਣਿਆਂ ਵਿੱਚੋਂ 8 ਗਾਣੇ ਨੇ ਏਬੀ ਟਲੋਂ ਦੇ ਉਹ ਵੀ ਐਪਲ 뮤직 ਚਾਰਟ ਤੇ ਜਿਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕੋਈ ਐਡਵਰਟਾਈਜ਼ਮੈਂਟ ਨਹੀਂ ਕੋਈ ਫੇਕ ভিউਜ਼ ਵਾਲੀ ਗੱਲ ਨਹੀਂ ਅਲੱਗ ਹੀ ਰੁਤਬਾ ਹੈ ਅਲੱਗ ਹੀ ਝਾਬ ਛੱਡੀ ਹੈ ਏਬੀ ਢਲੋਂ ਬਾਲੀਵੁੱਡ ਵਾਲੇ ਸਟਾਰ ਇਸਦੇ ਗਾਣੇ ਨੂੰ ਸੁਣਦੇ ਹਨ ਪਰ ਜਦ ਹੁਣ ਰਿਕਾਰਡ ਕੈਂਪ ਕਰ ਦਿੱਤਾ ਹੈ ਇਸ ਬਾਰੇ ਵੀ ਇਸ ਨੇ ਖੁਦ ਹੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਇਸ ਬਾਰੇ ਵਿਚਾਰ ਆਪਣੇ ਦੇ ਹੀ ਦਿਓ ਤੇ ਦੋਸਤੋ ਕਰਨ ਔਦਲਾ ਜਿਸਦਾ ਕੀ ਗੱਲ ਗਾਣਾ ਰਿਲੀਜ਼ ਹੋਇਆ ਉਸ ਬਾਰੇ ਬੜੀਆਂ ਹੀ ਅਹਿਮ ਗੱਲਾਂ ਸਨ ਪਹਿਲੀ ਗੱਲ ਇਸ ਵਿੱਚ ਇਦਾਂ ਲੱਗ ਰਿਹਾ ਸੀ ਕਿ ਉਸ ਨੇ ਆਪਣੇ ਜਰੂਰ ਦੀ ਆਰਟਿਸਟ ਜਿਹੜੀ ਵੀ ਉਸਦੇ ਗਾਣੇ ਤੇ 33 ਚਲੰਕ ਕਮੈਂਟ ਕਰਦੇ ਹਨ ਭਰਾ ਨੇ ਪਹਿਲਾਂ ਹੀ ਉਹਨਾਂ ਨੂੰ ਇਸ ਗਾਣੇ ਵਿੱਚ ਜਵਾਬ ਦੇ ਦਿੱਤਾ ਤੇ ਦੂਸਰੀ ਗੱਲ ਸਰਪ੍ਰਾਈਜ਼ ਵੀ ਸੀ ਐਸ ਦੀ ਇੱਕ ਈਪੀ ਆਉਣ ਵਾਲੀ ਹੈ ਈਪੀ ਪੰਜੇ ਗਾਣੇ ਦੀ ਦੋਸਤੋ ਜੋ ਐਲਬਮ ਹੁੰਦੀ ਹੈ ਉਸਨੂੰ ਈਪੀ ਕਹੇ ਜਾਂਦੇ ਨੇ ਇਹ ਦੋ ਸਰਪ੍ਰਾਈਜ਼ ਹਨ ਤੇ ਲੈ ਕੇ ਆਪਾਂ ਗਾਣੇ ਦਾ ਜ਼ਿਕਰ ਕਰੀਏ ਤਾਂ ਭਰਾ ਨੇ ਇਸ ਗਾਣੇ ਨੂੰ ਸ਼ੇਅਰ ਕਰਦੇ ਹੋਏ ਸਨੈਪਚੈਟ ਅਕਾਊਂਟ ਤੇ ਇਹ ਵੀ ਕਿਹਾ ਕਿ ਡਿਫਰੈਂਟ ਫਲੋ ਡਿਫਰੈਂਟ ਗਾਣੇ ਆਉਂਦਾ ਵੇ ਨੇ ਅਸੀਂ ਪੂਰੀ ਗੇਮ ਹੀ ਚੇਂਜ ਕਰਨ ਵਾਲੇ ਹਾਂ 41 ਮਿਲੀਅਨ ਦੋਸਤੋ ਇੱਕ ਦਿਨ ਵਿੱਚ ਵਿਊਜ਼ ਵੀ ਆ ਗਏ ਹਨ ਇਸ ਗਾਣੇ ਨੂੰ ਤੁਸੀਂ ਹੀ ਦਿਨਾ ਚਾਹੂਗੀ ਕਮੈਂਟ ਬਾਕਸ ਵਿੱਚ ਆਪਣੀ ਰੇਟਿੰਗ ਜ਼ਰੂਰ ਦਿਓ ਤੇ ਦੋਸਤੋ ਇੱਥੇ ਹੁਣ ਅਸੀਂ ਤਰਸੇਮ ਦੇਸਰ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਹਾਂ ਜਿਸ ਨੇ ਕੀ ਗੱਲ ਆਪਣੇ ਫੈਨਾਂ ਨੂੰ ਇਹ ਪੁੱਛਿਆ ਸੀ ਕਿ ਮੈਨੂੰ ਐਲਬਮ ਰਿਲੀਜ਼ ਕਰਨੀ ਚਾਹੀਦੀ ਹੈ ਜਾਂ ਨਹੀਂ 95% ਲੋਕਾਂ ਦਾ ਤਾਂ ਇਹੀ ਕਹਿਣਾ ਸੀ ਕਿ ਹਾਂ ਤੁਹਾਨੂੰ ਐਲਬਮ ਈ ਵੀ ਜੋ ਵੀ ਤੁਸੀਂ ਰਿਲੀਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਪ੍ਰਾਨਕਲ ਸਟੋਰੀ ਪਾਉਂਦੇ ਹੋਏ ਕਿਹਾ ਤੁਹਾਡੇ ਸਾਰਿਆਂ ਦਾ ਦਿਲੋਂ ਥੈਂਕਸ ਆਪਣੇ ਸੁਝਾਅਸ਼ਨ ਐਂਡ ਪੂਲਸ ਭੇਜਣ ਲਈ ਐਲਬਮ ਰੈਡੀ ਕਰਦੇ ਹਾਂ ਪੰਜ ਟਰੈਕ ਦੀ ਈਪੀ ਕੰਪਲੀਟ ਡਿਫਰੈਂਟ ਐਂਡ ਨਿਊ ਵਾਈਬ ਐਲਬਮ ਨ ਸਾਡੇ ਲੂਨਰ ਵੀਐਸ ਦੇ ਗਾਣੇ ਆਉਣੇ ਹਨ ਮਿਊਜ਼ਿਕ ਦੀ ਅਲੱਗ ਹੀ ਗਲਬਤ ਹੈ ਤਰਸੀਮ ਦਸਨ ਨਾਲ ਇਹਦਾ ਗਾਣਾ ਆਇਆ ਸੀ ਉਸਨੇ ਵੀ ਡਿਫਰੈਂਟ ਹੀ ਟੱਚ ਕੀਤਾ ਸੀ ਲੋਕਾਂ ਦੇ ਦਿਲਾਂ ਨੂੰ ਤੇ ਇੱਕ ਵਾਰ ਫਿਰ ਕਲੈਬੋਰੇਸ਼ਨ ਸਾਹਮਣੇ ਆ ਸਕਦੀ ਹੈ ਇਸ ਨਵੀਂ ਈਬੀ ਵਿੱਚ ਨਵੀਂ ਐਲਬਮ ਵਿੱਚ ਤਰਸੀਮ ਦਸਨ ਦਾ ਅਲੱਗ ਹੀ ਰਤਬਾ ਹੈ ਆਪਣੇ ਵਿਚਾਰ ਜਰੂਰ ਦਿਓ ਤੇ ਦੋਸਤੋ ਕਿ ਇਹ ਗੱਲ ਵੀ ਦੱਸਣ ਵਾਲੀ ਵੀ ਰਹੇਗੀ ਗੱਲ ਕਰਨ ਔਜਲੇ ਦਾ ਜਨਮ ਦਿਨ ਸੀ ਤਾਂ ਉਸ ਨੂੰ ਬੈਸਟ ਵਿਸ਼ੇਸ ਦਿੱਤੀਆਂ ਨੇ ਜੱਸੀ ਗੱਲ ਜਿਸ ਨਾਲ ਕਿ ਉਸਦਾ ਸ਼ਾਇਦ ਸੈਕੰਡ ਗਾਣਾ ਆਇਆ ਸੀ ਲੈ ਕੇ ਕਰਨ ਔਦਲੇ ਨੇ ਦਿੱਤਾ ਸੀ ਗਾਇਆ ਦਸੀ ਗੱਲ ਨਹੀਂ ਸੀ ਤੇ ਇਸ ਤੋਂ ਇਲਾਵਾ ਗਿੱਪੀ ਗਰੇਵਾਲ ਕਲ ਨਵੇਂ ਕਨੇਡੀ ਦੀ ਵੀ ਸਪੋਰਟ ਕੀਤੀ ਹੈ ਤੇ ਦੋਸਤੋ ਕਨਕੀ ਜੀ ਦੀ ਰਿਕੁਐਸਟ ਹੈ ਬੀਸੀ ਪੰਜਾਬੀ ਮੋਟਰ ਲਾਇਬ੍ਰੇਰੀ ਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਤੇ ਸੀ ਗੇਮਿੰਗ ਡਾਇਰੈਕਸ਼ਨ ਤੇ ਬਲੌਗ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ ਜੇ ਹੋ ਸਕੇ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ